ਇੱਕ ਵਾਰ ਇੱਕ ਭਗਤ ਭਗਵਾਨ ਦੀ ਬਹੁਤ ਪੂਜਾ ਕਰਦਾ, ਪਰ ਉਸਦੇ ਜੀਵਨ ਵਿੱਚ ਬਹੁਤ ਸਮੱਸਿਆਵਾਂ ਸਨ। ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਮੈਂ ਭਗਵਾਨ ਦੀ ਇੰਨੀ ਪੂਜਾ ਕਰਦਾ ਹਾਂ, ਪਾਠ ਕਰਦਾ ਹਾਂ, ਮੇਰੇ ਜੀਵਨ ਵਿੱਚ ਇੰਨੀਆਂ ਸਮੱਸਿਆਵਾਂ ਕਿਉਂ ਨੇ। ਜਦੋਂ ਵੀ ਉਹ ਪੂਜਾ ਪਾਠ ਕਰਦਾ ਤਾਂ ਇਹ ਵਿਚਾਰ ਉਸਦੇ ਮਨ ਵਿੱਚ ਜ਼ਰੂਰ ਆਉਂਦਾ। ਇੱਕ ਦਿਨ ਭਗਵਾਨ ਨੇ ਉਸਦੀ ਭਗਤੀ ਤੋਂ ਖੁਸ਼ ਹੋ ਕੇ ਉਸਨੂੰ ਦਰਸ਼ਨ ਦਿੱਤੇ ਤਾਂ ਉਸਨੇ ਉਹੀ ਸਵਾਲ ਭਗਵਾਨ ਨੂੰ ਵੀ ਕੀਤਾ ਕਿ ਤੁਸੀਂ ਤਾਂ ਜੋ ਚਾਹੋ ਕਰ ਸਕਦੇ ਹੋ, ਮੇਰੇ ਜੀਵਨ ਵਿੱਚ ਇੰਨੀਆਂ ਸਮੱਸਿਆਵਾਂ ਕਿਉਂ ਨੇ? ਮੈਂ ਤਾਂ ਸਾਰਾ ਦਿਨ ਤੁਹਾਡੀ ਪੂਜਾ ਪਾਠ ਕਰਦਾ ਹਾਂ, ਜੇ ਤੁਸੀਂ ਚਾਹੋ ਤਾਂ ਇਹਨਾਂ ਮੁਸ਼ਕਿਲਾਂ ਨੂੰ ਖਤਮ ਕਰ ਸਕਦੇ ਹੋ। ਮੇਰੀਆਂ ਮੁਸ਼ਕਿਲਾਂ ਨੂੰ ਖਤਮ ਕਰਨਾ ਤਾਂ ਤੁਹਾਡੇ ਲਈ ਇੱਕ ਚੁਟਕੀ ਦਾ ਖੇਡ ਹੈ, ਤੁਸੀਂ ਮੇਰੀਆਂ ਸਾਰੀਆਂ ਮੁਸ਼ਕਿਲਾਂ ਨੂੰ ਖਤਮ ਕਰ ਦਿਓ। ਤਾਂ ਭਗਵਾਨ ਨੇ ਕਿਹਾ ਕਿ ਇਹ ਕੁਦਰਤ ਦਾ ਨਿਯਮ ਹੈ। ਜ਼ਿੰਦਗੀ ਦੇ ਵਿੱਚ ਸੁੱਖ ਦੁੱਖ, ਲਾਭ ਹਾਨੀ, ਦਿਨ ਰਾਤ ਕੁਦਰਤ ਦੇ ਨਿਯਮ ਹਨ। ਭਗਤ ਦੇ ਵਾਰ ਵਾਰ ਕਹਿਣ 'ਤੇ ਭਗਵਾਨ ਨੇ ਉਸਨੂੰ ਕਿਹਾ ਕਿ ਤੇਰੇ ਘਰ ਤੋਂ ਉੱਤਰ ਵਾਲੀ ਦਿਸ਼ਾ 'ਚ ਇੱਕ ਪਿੱਪਲ ਦਾ ਬਹੁਤ ਵੱਡਾ ਦਰਖਤ ਹੈ। ਤੂੰ ਆਪਣੀਆਂ ਸਾਰੀਆਂ ਮੁਸ਼ਕਿਲਾਂ ਨੂੰ ਇੱਕ ਕਾਗਜ਼ 'ਤੇ ਲਿਖ ਕੇ ਕੱਪੜੇ ਵਿੱਚ ਲਪੇਟ ਕੇ ਉਸ ਦਰਖਤ 'ਤੇ ਬੰਨਿਆ। ਇਹ ਸੁਣ ਕੇ ਭਗਤ ਬਹੁਤ ਖੁਸ਼ ਹੋਇਆ। ਤਾਂ ਭਗਵਾਨ ਨੇ ਕਿਹਾ, ਮੇਰੀ ਵੀ ਇੱਕ ਸ਼ਰਤ ਹੈ, ਜੇ ਤੂੰ ਉੱਥੇ ਆਪਣੀਆਂ ਸਮੱਸਿਆਵਾਂ ਦੀ ਪੋਟਲੀ ਬੰਨ੍ਹ ਕੇ ਆਵੇਂਗਾ ਤਾਂ ਆਉਂਦੇ ਸਮੇਂ ਤੈਨੂੰ ਉੱਥੋਂ ਇੱਕ ਪੋਟਲੀ ਖੋਲ੍ਹ ਕੇ ਲੈ ਕੇ ਆਉਣੀ ਪਵੇਗੀ। ਇਹ ਸੁਣ ਕੇ ਭਗਤ ਬਹੁਤ ਖੁਸ਼ ਹੋਇਆ। ਜਿਵੇਂ ਉਹ ਉਸ ਦਰਖਤ ਕੋਲੇ ਪਹੁੰਚਦਾ ਹੈ ਤਾਂ ਉਹ ਆਪਣੀ ਪੋਟਲੀ ਨੂੰ ਉੱਥੇ ਟੰਗ ਦਿੰਦਾ ਹੈ ਅਤੇ ਉੱਥੋਂ ਇੱਕ ਸਭ ਤੋਂ ਛੋਟੀ ਪੋਟਲੀ ਨੂੰ ਖੋਲ੍ਹ ਲੈਂਦਾ ਹੈ ਅਤੇ ਉੱਥੋਂ ਇੱਕ ਸਭ ਤੋਂ ਛੋਟੀ ਪੋਟਲੀ ਨੂੰ ਉਤਾਰ ਲੈਂਦਾ ਹੈ। ਪਰ ਨਾਲ ਹੀ ਉਸਦੇ ਮਨ ਵਿੱਚ ਖਿਆਲ ਆਉਂਦਾ ਹੈ, ਉਹ ਸੋਚਦਾ ਕਿ ਇਸ ਵਿੱਚ ਮੇਰੇ ਕਿਸੇ ਪਰਿਵਾਰ ਦੇ ਮੈਂਬਰ ਦੀ ਮੌਤ ਹੀ ਨਾ ਲਿਖੀ ਹੋਵੇ। ਇਹੀ ਸੋਚ ਕੇ ਉਹ ਪੋਟਲੀ ਨੂੰ ਦੁਬਾਰਾ ਫਿਰ ਦਰਖਤ 'ਤੇ ਟੰਗ ਦਿੰਦਾ। ਇਸੇ ਤਰ੍ਹਾਂ ਉਹ ਉੱਥੋਂ ਦੂਸਰੀ ਪੋਟਲੀ ਉਤਾਰਦਾ ਅਤੇ ਉਸਦੇ ਮਨ ਵਿੱਚ ਵਿਚਾਰ ਆਉਂਦਾ ਕਿ ਇਸ ਵਿੱਚ ਕਿਤੇ ਮੇਰੀ ਕੋਈ ਬਿਮਾਰੀ ਬਾਰੇ ਹੀ ਨਾ ਲਿਖਿਆ ਹੋਵੇ, ਕਿਤੇ ਮੈਨੂੰ ਕੋਈ ਬਿਮਾਰੀ ਨਾ ਹੋ ਜਾਵੇ। ਇਹੀ ਸੋਚ ਕੇ ਉਹ ਦੂਸਰੀ ਪੋਟਲੀ ਨੂੰ ਵੀ ਦਰਖਤ 'ਤੇ ਦੁਬਾਰਾ ਟੰਗ ਦਿੰਦਾ। ਉਹ ਇਸ ਤਰ੍ਹਾਂ ਕਈ ਵਾਰ ਕਰਦਾ, ਪਰ ਉਸਦੇ ਮਨ ਵਿੱਚ ਫਿਰ ਕੋਈ ਨਾ ਕੋਈ ਵਿਚਾਰ ਪੈਦਾ ਹੁੰਦਾ ਕਿ ਹੋ ਸਕਦਾ ਇਸ ਵਿੱਚ ਇਹ ਨਾ ਹੋਵੇ ਜਾਂ ਇਸ ਵਿੱਚ ਇਸ ਤਰ੍ਹਾਂ ਨਾ ਲਿਖਿਆ ਹੋਵੇ। ਬਹੁਤ ਜੱਦੋ ਜਹਿਦ ਕਰਨ ਤੋਂ ਬਾਅਦ ਉਹ ਆਪਣੇ ਵਾਲੀ ਪੋਟਲੀ ਨੂੰ ਹੀ ਉੱਥੋਂ ਖੋਲ੍ਹ ਕੇ ਵਾਪਸ ਆ ਜਾਂਦਾ ਅਤੇ ਭਗਵਾਨ ਅੱਗੇ ਬੇਨਤੀ ਕਰਦਾ ਕਿ ਭਗਵਾਨ, ਮੇਰੀਆਂ ਮੁਸ਼ਕਿਲਾਂ ਬਹੁਤ ਛੋਟੀਆਂ ਹਨ, ਮੈਨੂੰ ਇੰਨੀ ਕੁ ਸ਼ਕਤੀ ਦਿਓ ਕਿ ਮੈਂ ਇਹਨਾਂ ਮੁਸ਼ਕਿਲਾਂ ਨਾਲ ਲੜ ਸਕਾਂ। ਭਗਵਾਨ ਨੇ ਕਿਹਾ, ਇਹੀ ਤਾਂ ਸੱਚ ਹੈ, ਮੁਸ਼ਕਿਲਾਂ ਤਾਂ ਕੁਦਰਤ ਦਾ ਨਿਯਮ ਹਨ। ਆਪਣੇ ਆਪ ਨੂੰ ਮਜ਼ਬੂਤ ਰੱਖੋ ਅਤੇ ਇਹਨਾਂ ਮੁਸ਼ਕਿਲਾਂ ਦਾ ਮੁਕਾਬਲਾ ਕਰੋ। ਕੋਈ ਮੁਸ਼ਕਿਲ ਵੀ ਤੁਹਾਨੂੰ ਹਰਾ ਨਹੀਂ ਸਕੇਗੀ।